ਤਰਨਤਾਰਨ ਦੇ ਮੁਹੱਲਾ ਦੀਪ ਐਵਨਿਊ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਵਿੱਚ ਅਚਾਨਕ ਗੈਸ ਸਿਲੰਡਰ ਦਾ ਪਾਈਪ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਅੱਗ ਇਕਦਮ ਇੰਨੀ ਭੜਕ ਗਈ ਕਿ ਦੇਖਦੇ ਹੀ ਦੇਖਦੇ ਸਾਰੇ ਘਰ ਵਿੱਚ ਫੈਲ ਗਈ। ਅੱਗ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ, ਘਰ ਦੀਆਂ ਛੱਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਦੀ ਮੈਂਬਰ ਸਰਬਜੀਤ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਹ ਰੋਟੀ ਬਣਾ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਸਰਬਜੀਤ ਕੌਰ ਤਰਨ ਤਾਰਨ, ਮੈਂ ਰੋਟੀਆਂ ਬਣਾਉਂਦੀ ਸੀ ਅੰਦਰ ਗੈਸ ਦੇ, ਅਤੇ ਮੈਂ ਬਾਹਰ ਹੀ ਆਈ ਭਾਂਡੇ ਵੜਨ, ਅਤੇ ਅੰਦਰ ਗਈ ਅਤੇ ਅੱਗ ਹੀ ਅੱਗ ਹੋ ਗਈ, ਅਤੇ ਮੈਂ ਨਿਆਣਿਆਂ ਨੂੰ ਭੱਜ ਕੇ ਵੜਿਆ ਜਾ ਕੇ, ਇਹਨਾਂ ਨੂੰ ਤਾਂ ਵੀ ਨਹੀਂ ਦਿਖਾ ਦਿਆ ਵੀ ਬਾਹਰ ਆ ਜਾਈਏ, ਮੈਂ ਪਾਣੀ ਪਾਉਂਦੀ ਅਤੇ ਅੱਗ ਸਗੋਂ ਜ਼ਿਆਦਾ ਬਲਦੀ। ਰੋਟੀ ਲਾਉਂਦੀ ਆ, ਪਤਾ ਹੀ ਨਹੀਂ ਲੱਗਾ ਕੀ ਬਣਿਆ ਮੇਰਾ। ਹਾਂਜੀ ਹਾਂਜੀ, ਚੁੱਲ੍ਹਾ ਬਣਨ ਦਿਆ ਗੈਸ, ਸਾਰੀਆਂ ਚੀਜ਼ਾਂ ਬਲ ਗਈਆਂ, ਇੱਕ ਵੀ ਨਹੀਂ ਚੀਜ਼ ਬਚੀ। ਜੇ ਮੇਰੇ ਨਿਆਣੇ ਕੋਲ ਹੋ ਜਾਂਦਾ ਮੈਂ ਤਾਂ ਵੈਸੇ ਹੀ ਮਰ ਜਾਣਾ ਸੀ। ਉੱਥੇ ਹੀ ਅੱਗ ਕਾਰਨ ਹੋਏ ਨੁਕਸਾਨ ਨੂੰ ਵੇਖਦੇ ਹੋਏ ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪਰਿਵਾਰ ਕਾਫੀ ਗਰੀਬ ਹੈ, ਜਿਸ ਕੋਲ ਪਹਿਨਣ ਨੂੰ ਕੱਪੜੇ ਤੱਕ ਨਹੀਂ ਬਚੇ, ਇਸ ਲਈ ਸਰਕਾਰ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰ ਇਹਨਾਂ ਦੀ ਕੋਈ ਮਦਦ ਕਰੇ, ਮਾਤੜ ਬਹੁਤ ਜ਼ਿਆਦਾ ਬੰਦੇ ਨੇ, ਘਰਾਂ ਦਾ ਕੰਮ ਕਰਕੇ ਆਪਣਾ ਗੁਜ਼ਰ ਗੁਜ਼ਾਰਾ ਕਰ ਰਿਹਾ ਨੇ, ਕਿ ਤੁਸੀਂ ਇਹਨਾਂ ਦੀ ਸਰਕਾਰ ਮਦਦ ਕਰ ਸਕੇ। ਕੋਈ ਕੱਪੜਾ ਕੋਈ ਲੀੜਾ ਬਚਿਆ ਤੱਕ ਨਹੀਂ ਆ, ਕਮਰੇ ਦੀ ਛੱਤ ਸੜੀ ਜੇ, ਬੈੱਡ ਬਿਸਤਰੇ ਜੋ ਕੁਛ ਹੈ ਕਮਰੇ ਦਾ ਸਭ ਸੜਿਆ ਤੁਹਾਡੇ ਸਾਹਮਣੇ ਜੀ। ਇਹ ਬੇਨਤੀ ਹੱਥ ਜੋੜ ਕੇ ਕਿ ਗਰੀਬ ਜਨਾਨੀ ਦੀ ਮਦਦ ਕੀਤੀ ਜਾਵੇ, ਘਰਾਂ ਦਾ ਕੰਮ ਕਰਕੇ ਮਿਹਨਤ ਕਰਕੇ ਆਪਣੇ ਬੱਚੇ ਪਾਲ ਰਿਹਾ ਨੇ, ਰਿਸ਼ਕਾ ਚਲਾਉਣ ਵਾਲਾ ਆਦਮੀ ਆ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਜਾਂਚ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਗੈਸ ਸਿਲੰਡਰ ਤੋਂ ਪਾਈਪ ਤੋਂ ਗੈਸ ਲੀਕ ਹੋਣ ਕਾਰਨ ਬਿਜਲੀ ਦੀ ਚਿੰਗਾਰੀ ਡਿੱਗਣ ਕਾਰਨ ਅੱਗ ਲੱਗ ਗਈ। ਗਰੀਬ ਪਰਿਵਾਰ ਸੀਗਾ ਅਤੇ ਉਹਦੇ ਵਿੱਚ ਉਹਨਾਂ ਦਾ ਸਿਲੰਡਰ, ਗੈਸ ਸਿਲੰਡਰ ਥੱਲੇ ਲਾਇਆ, ਉੱਪਰ ਉਹ ਆਪਣਾ ਉਹਨਾਂ ਦਾ ਬੋਰਡ ਸੀਗਾ ਬਿਜਲੀ ਦਾ, ਅਤੇ ਉਹਦੇ ਕੋਲ ਗੈਸ ਦੀ ਨਾਲੀ ਨੂੰ ਅੱਗ ਲੱਗੀ, ਉੱਥੋਂ ਚੰਗਿਆਰਾ ਨਿਕਲ ਕੇ, ਹੋਰ ਕੋਈ ਜ਼ਿਆਦਾ ਨਹੀਂ, ਤਾਂ ਬਾਅਦ ਦੇ ਵਿੱਚ ਉਹਨਾਂ ਦੇ ਕੱਪੜੇ ਕੁੱਪੜੇ ਥੋੜ੍ਹੇ ਸੜ ਗਏ ਵਿਚਾਰੇ ਗਰੀਬਾਂ ਦੇ, ਬਸ ਕਰਦੇ ਹਾਂ, ਕਿਸਾਨ ਗਰੀਬਾਂ ਦੇ ਹਿਸਾਬ ਨਾਲ ਤਾਂ ਹੈ ਹੀ ਆ। ਪੀੜਿਤ ਪਰਿਵਾਰ ਦੇ ਮੁਤਾਬਕ ਜਦ ਰੋਟੀ ਬਣਾਉਣ ਸਮੇਂ ਅੱਗ ਲੱਗੀ ਤਾਂ ਉਹ ਵਾਇਰਿੰਗ ਨੂੰ ਪੈ ਗਈ, ਜਿਸ ਕਾਰਨ ਅੱਗ ਹੋਰ ਕਮਰਿਆਂ ਅੰਦਰ ਵੀ ਪਹੁੰਚ ਗਈ ਅਤੇ ਉਸ ਨਾਲ ਘਰ ਦਾ ਸਾਰਾ ਹੀ ਸਮਾਨ ਸੜ ਕੇ ਸਵਾਹ ਹੋ ਗਿਆ। ਅੱਗ ਲੱਗਣ ਦੌਰਾਨ ਨੇੜੇ ਰਹਿੰਦੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਘਰ ਵਿੱਚ ਮੌਜੂਦ ਔਰਤ ਤੇ ਬੱਚਿਆਂ ਨੂੰ ਬਾਹਰ ਕੱਢਿਆ। ਤਰਨ ਤਾਰਨ ਤੋਂ ਸ਼ੇਰੂ ਮਹਾਜਨ, ਡੇਲੀ ਪੋਸਟ, ਪੰਜਾਬੀ। ਚਾਰ ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156085085 'ਤੇ। ਥੈਂਕ ਯੂ।